ਹੈ ਨਹੀਂ ਚੱਲਾ ਵੀਰ, ਹੈ ਨਹੀਂ ਚੱਲਾ, ਜ਼ੋਰ ਚਾਹੀਦਾ ਕਿੱਕ ਮਾਰਨ ਨੂੰ। ਕਿਸੇ ਵੀ ਸਫ਼ਰ ਦੀ ਸ਼ੁਰੂਆਤ ਕਰੀਏ ਤਾਂ ਬਾਬੇ ਨਾਨਕ ਦੇ ਦਰ 'ਤੇ ਮੱਥਾ ਟੇਕ ਕੇ ਫਿਰ ਕਰੀਏ। ਨਵੀਂ ਵੀਡੀਓ 'ਚ ਬਹੁਤ ਬਹੁਤ ਸਵਾਗਤ, ਉਮੀਦ ਤੁਸੀਂ ਚੜ੍ਹਦੀ ਕਲਾ 'ਚ ਹੋਵੋਗੇ ਮਿੱਤਰੋ। ਬਾਹਲੇ ਟਾਈਮ ਬਾਅਦ ਕਿਸੇ ਕੰਮਾਂ ਕਾਰਾਂ 'ਚ ਬਿਜ਼ੀ ਹੋਣ ਕਰਕੇ ਅਤੇ ਲੇਟ ਹੀ ਵੀਡੀਓ ਬਣਦੀਆਂ, ਅਤੇ ਆਹ ਸਫ਼ਰ ਨਿਕਲਣ ਲੱਗਾ ਇੱਕ, ਜਿਹੜਾ ਕਿ ਯਾਤਰਾ ਸ਼ੁਰੂ ਹੋਈਆਂ ਪਈਆਂ ਭੋਲੇਨਾਥ ਦੇ ਪੰਚਮ ਸਥਾਨਾਂ ਦੀਆਂ, ਪੰਚ ਕੈਲਾਸ਼ਾਂ ਦੀਆਂ। ਪੰਚ ਕੈਲਾਸ਼ ਦੇ ਵਿੱਚੋਂ ਪੰਜਵਾਂ ਕੈਲਾਸ਼ ਮਣੀ ਮਹੇਸ਼, ਡਿਸਟ੍ਰਿਕਟ ਚੰਬਾ, ਜ਼ਿਲ੍ਹਾ ਚੰਬਾ, ਤਹਿਸੀਲ ਭਰਮੌਰ ਅਤੇ ਪਿੰਡ ਹਟਸਰ ਤੋਂ ਸ਼ੁਰੂ ਹੋਊਗੀ ਯਾਤਰਾ। ਸਫ਼ਰਾਂ ਦੀ ਗੱਲਬਾਤ ਨਾਲ ਦੇ ਨਾਲ ਲੜੀਵਾਰ ਵਲੋਗਾਂ ਦੇ ਵਿੱਚ ਆਊਗੀ। ਬਾਕੀ ਮੱਥਾ ਟੇਕ ਲਿਆ, ਯਾਤਰਾ ਕਰੀਏ ਸ਼ੁਰੂ ਨਾਲ ਬਲਕਾਰਾਂ ਮਿਸਤਰੀ। ਚਲੀਏ ਜੀ, ਜੁੜੇ ਰਹੋ ਮਿੱਤਰੋ, ਦਿਖਾਈ ਜਾਵਾਂਗੇ ਲੜੀਵਾਰ ਵੀਡੀਓ। ਮੋਟਰਸਾਈਕਲਾਂ ਦੀਆਂ ਟੈਂਕੀਆਂ ਨੱਕੋ ਨੱਕ ਭਰਾ ਲਈਆਂ ਮਿੱਤਰੋ। ਬਲਕਾਰੇ ਮਿਸਤਰੀ ਦਾ ਪਿੱਛਾ ਕਰਦੇ ਕਰਦੇ ਅਸੀਂ ਪਹੁੰਚ ਗਏ ਮਿੱਤਰੋ ਧਾਰ। ਉਹ ਸਾਹਮਣੇ ਤਸਵੀਰਾਂ ਦੀਆਂ ਮਿੰਨੀ ਗੋਆ ਦੀਆਂ, ਮਿੰਨੀ ਗੋਆ ਆਪਣੇ ਪੰਜਾਬ ਦੀ ਸ਼ਾਨ ਬਹੁਤ ਵਧੀਆ, ਡਿਸਟ੍ਰਿਕਟ ਪਠਾਨਕੋਟ ਦੇ ਵਿੱਚ ਪੈਂਦੀ ਆ। ਰਣਜੀਤ ਸਾਗਰ ਡੈਮ ਦਾ ਬੰਨ ਆ ਸਾਰਾ, ਇਹ ਦਰਿਆ ਰਾਵੀ ਭਲਾ ਪੈਂਦਾ ਨਾ ਇਹ। ਸੰਗਤ ਆਪਣੇ ਨਾਲ ਵਾਹਵਾ, ਦੋ ਗੱਡੀਆਂ, ਤਿੰਨ ਚਾਰ ਬੁਲਟ ਅਤੇ ਬਾਕੀ ਸਪਲੈਂਡਰਾਂ ਦੇ, ਆਪਣੇ ਇਲਾਕੇ ਦੇ ਬੰਦੇ ਸਾਰੇ ਆ, ਬੱਬੂ ਭਾਅ ਦੇ ਯਾਰ ਦੋਸਤ, ਕੋਈ ਰਿਸ਼ਤੇਦਾਰ, ਸਾਕ ਸੰਬੰਧੀ ਸਾਰੇ ਬੈਠੋ ਸਾਹਿਬ। ਆਹ ਭਤੀਜ ਵੇਖੋ, ਸ਼ਹਿਰ ਦਨੇਰੇ ਪਹੁੰਚ ਗਏ ਮਿੱਤਰੋ, ਅਤੇ ਦਨੇਰਾ ਅੱਧ ਪੈ ਜਾਂਦਾ ਡਲਹੌਜੀ ਦਾ ਪਠਾਨਕੋਟ ਤੋਂ। ਇਲਾਕਾ ਬਹੁਤ ਸੋਹਣਾ, ਇੱਕ ਯੰਤਰ ਮੰਗਵਾਇਆ ਤੁਹਾਡੇ ਆ, ਅਤੇ ਇੱਥੇ ਫੋਨ ਟਿਕਾ ਕੇ ਅਤੇ ਫਿਰ ਵੀਡੀਓ ਬਣਾਵਾਂ। ਇਹਨਾਂ ਰਾਹਾਂ 'ਤੇ ਅੱਜ ਕੱਲ੍ਹ ਜ਼ਿਆਦਾਤਰ ਪੰਜਾਬ ਏਰੀਏ ਦੀਆਂ ਗੱਡੀਆਂ ਲੱਭਦੀਆਂ, ਬਾਕੀ ਹੋਰ ਦੂਰੋਂ ਦੂਰੋਂ ਜਿਹੜੇ ਕੈਲਾਸ਼ ਪਰਬਤ ਦੇ ਦਰਸ਼ਨ ਦੁਆਰੇ ਕਰਨ ਆਉਂਦੇ ਸੰਗਤ, ਉਹ ਸਾਰੀ ਆਉਂਦੀ ਆ। ਇੱਧਰਲੇ ਪਾਸੇ ਪੰਜਾਬ ਹਿਮਾਚਲ ਦੀ ਸਰਹੱਦ ਪਾਰ ਕਰਦਿਆਂ ਟੋਟਲੀ ਵਿਊ ਹੀ ਬਦਲ ਗਿਆ ਮਿੱਤਰੋ। ਮਾੜਾ ਮੋਟਾ ਖੜ੍ਹਦਿਆਂ, ਖੋਖਿਆਂ 'ਤੇ ਪਾਣੀ ਪੂਣੀ ਪੀਂਦਿਆਂ, ਢੋਈਆਂ ਸਿੱਧੀਆਂ ਕਰਦਿਆਂ ਅਤੇ ਰਾਹ ਪਾਰ ਕਰੀ ਜਾਂਦੇ। ਤਕਰੀਬਨ 40-45 ਕਿਲੋਮੀਟਰ ਰਹਿ ਗਿਆ ਹੋਊਗਾ ਡਲਹੌਜੀ, ਬਾਕੀ ਦੀਆਂ ਤਸਵੀਰਾਂ ਗਾਂਹ ਜਾ ਕੇ। ਚਾਚਾ ਭਤੀਜਾ ਪੋਜ ਮਾਰੀ ਬੈਠੇ, ਕਹਿੰਦੇ ਪਹਾੜਾਂ ਦੀ ਫੋਟੋ ਬਹੁਤ ਸੋਹਣੀ ਆਉਣੀ ਹੈ। ਅਰੇ ਲੰਘਣੇ ਜੀ, ਜੀ ਅੰਕਲ ਜੀ, ਧੰਨਵਾਦ ਧੰਨਵਾਦ। ਬਣੀ ਖੇਤ 14, ਚੰਬਾ 60 ਅਤੇ ਭਰਮੌਰ 119। ਭਰਮੌਰ ਰੁਕਣਾ ਅੱਜ, ਹਟਸਰ ਨਹੀਂ ਜਾਣਾ? ਅਰੇ ਵਾਓ, ਇਹ 100 ਕਿਲੋਮੀਟਰ ਆਏ ਮੇਰੇ ਹਿਸਾਬ ਨਾਲ। ਆਸੇ ਪਾਸੇ ਪਹਾੜਾਂ ਦੇ ਵਿੱਚ ਵਸਦਾ ਨਿੱਕਾ ਜਿਹਾ ਸ਼ਹਿਰ ਇੱਕ, ਨੈਣੀ ਖੱਡ ਆਈ ਹੈ ਭਾਜੀ, ਨੈਣੀ ਖੱਡ, ਅਤੇ ਨੈਣੀ ਖੱਡ ਤੋਂ ਬਣੀ ਖੇਤ ਰਹਿ ਗਿਆ 13 ਕਿਲੋਮੀਟਰ, ਅਤੇ ਆਪਾਂ ਕਿਹੜੇ ਕਿਹੜੇ ਰਾਹ ਜਾ ਰਹੇ ਹਾਂ? ਬਣੀ ਖੇਤ ਤੋਂ ਪਹੁੰਚਾਂਗੇ ਜੀ ਅਸੀਂ ਡਲਹੌਜੀ ਰੋਡ, ਅੱਗੇ ਡਲਹੌਜੀ ਤੋਂ ਬਾਅਦ ਪਹੁੰਚਾਂਗੇ ਚੰਬੇ, ਚੰਬਾ ਅੱਗੇ, ਚੰਬੇ ਦੀ ਸੁੰਦਰਤਾ ਨੂੰ ਦੇਖਦੇ ਹੋਏ ਅਤੇ ਅਸੀਂ ਭਰਮੌਰ ਵੱਲ ਨੂੰ, ਭਰਮੌਰ ਇਹ ਪਾਸੇ
ਜ਼ਿੰਦਗੀ 'ਚ ਪਹਿਲੀ ਵਾਰੀ ਆਇਆ ਤਾਂ ਕਰਕੇ ਮੈਨੂੰ ਕੋਈ ਪਤਾ ਪਤਾ ਨਹੀਂ ਹੈਗਾ। ਡਰਾਈਵਿੰਗ ਕਰਨਗੇ ਹੁਣ ਬਲਕਾਰ ਸਿੰਘ ਮਿਸਤਰੀ, ਅਤੇ ਦਾਸ ਪਿੱਛੇ ਬਹਿ ਕੇ ਤੁਹਾਨੂੰ ਗੱਲਾਂ ਮਾਰੂਗਾ, ਨਾਲੇ ਸੋਹਣੇ ਸੋਹਣੇ ਵਿਊ ਵਿਖਾਊਗਾ, ਕਿਉਂਕਿ ਜਾਂ ਤਾਂ ਬੰਦਾ ਵੀਡੀਓ ਬਣਾ ਲਏ ਜਾਂ ਗੱਲਾਂ ਬਾਤਾਂ ਮਾਰ ਲਏ ਅਤੇ ਜਾਂ ਗੱਡੀ ਚਲਾ ਲਏ ਆਪਾਂ। ਦਾਸ ਦੇ ਨਾਲ ਇੱਕ ਹੋਰ ਛੋਟਾ ਬੱਚਾ ਵੀ ਆਇਆ ਹੋਇਆ। ਮੋਟਰਸਾਈਕਲ ਆਪਾਂ ਸਪਲੈਂਡਰ ਹੀ ਲਿਆਉਣਾ ਸੀਗਾ, ਇਹ ਤਾਂ ਲਿਆ ਦਾ ਇੱਕ ਸਾਡੇ ਨਾਲ ਥੋੜ੍ਹੀ ਜਿਹੀ ਭਾਰੀ ਗੱਡੀ ਚੱਲੀ ਆ, ਉਹਦੇ ਕਰਕੇ ਕਿਤੇ ਲੋਡ ਪੈ ਜੇ ਤਾਂ ਫਿਰ ਵੱਡੇ ਬੁਲਟ ਦੀ ਲੋਡ ਪੈਂਦੀ ਆ, ਉਹਨੇ ਤਾਂ ਛੋਟੇ ਜਿਹੇ ਮੈਸੀ 'ਤੇ ਹੀ ਕੰਮ ਕਰਿਆ। ਮਿੱਤਰੋ ਚੱਲਦੇ ਅਸੀਂ ਇਕੱਠੇ ਹਾਂ, ਬੁਲਟ ਵੀ ਅਤੇ ਸਪਲੈਂਡਰ ਵੀ, ਅਤੇ ਸਪਲੈਂਡਰ 'ਤੇ ਜਿਹੜਾ ਸਵਾਰੀ ਇੱਕ ਥੋੜ੍ਹੀ ਬਹੁਤ ਭਾਰੀ ਬੈਠੀ ਆ, ਉਹਦੇ ਕਰਕੇ ਬਹੁਤ ਜ਼ਿਆਦਾ ਕਿਲੋਮੀਟਰ ਦਾ ਫਰਕ ਪੈ ਜਾਂਦਾ ਦੋਵਾਂ ਦੇ ਵਿੱਚ। ਆ ਗਿਆ ਭਾਜੀ ਸਪਲੈਂਡਰ ਟਾਇਰ ਇੱਦਾਂ ਦਾ ਕਰਦਾ। ਹਿਮਾਚਲ ਦਾ ਇੱਕ ਬੜਾ ਸੋਹਣਾ ਸ਼ਹਿਰ ਬਣੀਖੇਤ ਦੇ ਵਿੱਚ ਦਾਖਲ ਹੋਏ ਮਿੱਤਰੋ। ਇੱਥੋਂ ਵੱਖੋ ਵੱਖ ਰਾਹ ਨਿਕਲੇ, ਜਿਹੜੇ ਪਾਸਿਓਂ ਆਪਾਂ ਪਹੁੰਚਾਂਗੇ ਭਰਮੌਰ, ਇੱਕ ਡਲਹੌਜ਼ੀ ਨਿਕਲ ਗਿਆ, ਆਪਾਂ ਕਿਹੜੇ ਪਾਸੇ ਜਾਣਾ? ਆਪਾਂ ਜਾਣਾ ਵਾਇਆ ਚੰਬਾ, ਡਲਹੌਜ਼ੀ ਵਾਲਾ ਵੀ ਵਾਇਆ ਗਾਂਹ ਜਾ ਕੇ ਚੰਬੇ ਚੰਬੇ ਨੂੰ ਮਿਲ ਜਾਂਦਾ। ਯਾਤਰਾ ਦੌਰਾਨ ਕਾਫੀ ਰਸ਼ ਰੁਸ਼ ਪਿਆ ਹੋਇਆ। ਬੰਦੇ ਵਾਜਾਂ ਮਾਰ ਕੇ ਤੇ ਹਾਨੂੰ ਵੀ ਐਡ ਕਰ ਲਓ। ਕਿੱਥੋਂ ਹੈ ਭਾਜੀ? 35? ਅੱਛਾ ਠੀਕ ਹੈ ਜੀ, ਠੀਕ ਹੈ। ਆਪਾਂ ਮੁਕੇਰੀਆਂ ਭਾਜੀ। ਮਣੀਖੇਤ ਦਾ ਇੱਕ ਸਿੱਧੇ ਸਿਖਰ ਦੇ ਉੱਤੇ ਸ਼ਹਿਰ ਵੱਸਦਾ ਡਲਹੌਜ਼ੀ, ਫੇਮਸ ਹਿੱਲ ਸਟੇਸ਼ਨ ਆਪਣੇ ਹਿਮਾਚਲ ਪ੍ਰਦੇਸ਼ ਦਾ। ਵਾਲੀ ਉਚਾਈ ਦੇ ਉੱਤੇ ਆ, ਬਦਲਾਂ ਬਦਲਾਂ ਨਾਲ ਘਿਰਿਆ ਪਿਆ ਸਾਰਾ ਇਲਾਕਾ। ਇਹ ਪਾਸੇ ਥਾਣੀ ਜੇ ਹੋ ਕੇ ਜਾਂਦੇ ਤਾਂ ਵਾਇਆ ਖਜਿਆਰ ਜਾਣਾ ਸੀਗਾ, ਹੁਣ ਇੱਥੋਂ ਸਿੱਧਾ ਬਣੀਖੇਤ ਤੋਂ ਚੰਬਾ, ਅਤੇ ਉਹ ਚੰਬੇ ਆਪਾਂ ਪਹੁੰਚਣਾ ਸੀ ਵਾਇਆ ਖਜਿਆਰ, ਡਲਹੌਜ਼ੀ, ਇਹ ਸਾਰੇ ਰੋਡ ਪਾਰ ਕਰਦੇ ਹਾਂ। ਇੱਧਰਲੇ ਪਾਸੇ ਦੀ ਸੁੰਦਰਤਾ ਕੁਝ ਇਸ ਤਰ੍ਹਾਂ ਦੀ। ਅੱਜ ਮਾਈਕ ਲਾਇਆ ਪਿਆ, ਕੁਝ ਵੱਖਰੀ ਮਾੜੀ ਮੋਟੀ ਆਵਾਜ਼ ਆਊਗੀ, ਜਿੱਦਾਂ ਦੀ ਵੀ ਆਈ ਕੋਈ ਮਿੱਤਰੋ ਚੱਕ ਕਰਕੇ ਸਵੀਕਾਰ ਕਰਿਓ। ਜਿਉਂ ਜਿਉਂ ਪਹਾੜ ਚੜ੍ਹੀ ਜਾਣੇ, ਪਹਾੜਾਂ ਦੇ ਰੂਪ, ਰੁੱਖਾਂ ਦਾ ਰੂਪ, ਮਿੱਟੀਆਂ ਦਾ ਰੂਪ, ਸੜਕਾਂ ਦਾ ਰੂਪ, ਸਭ ਕੁਝ, ਬੋਲੀ ਦਾ ਰੂਪ, ਐਵਰੀਥਿੰਗ ਵਿਲ ਬੀ ਚੇਂਜ ਵੈਨ ਵੀ ਵਿਲ ਚੜਿੰਗ ਔਨ ਦਾ ਪਹਾੜ ਟੋਪ ਟੂ ਟੋਪ ਟੂ ਟੋਪ। ਤਾਂ ਤਾਂ ਕਰਦੇ ਹਾਂ ਮਿੱਤਰੋ, ਮਾਫ਼ ਕਰਿਓ ਮਾੜੀ ਜੀ ਅੰਗਰੇਜ਼ੀ ਕਾ ਬਟ ਨਿਕਲ ਗਿਆ, ਹੱਥ ਟੈਟ ਨਹੀਂ। ਜਿਨ੍ਹਾਂ ਨੇ ਕੈਨੇਡਾ ਵਾਲੇ ਬਲੌਗ ਵੇਖੇ ਉਹਨਾਂ ਨੇ ਜਾਂਦੀ ਵਾਰੀ ਵੇਖਿਆ ਸੀ, ਬਹੁਤ ਹੱਥ ਟੈਟ ਸੀਗਾ, ਗੋਰੇ ਸਾਹਮਣੇ ਮਸੀ ਕਾਬੂ ਕੀਤੀ ਸੀ ਅੰਗਰੇਜ਼ੀ। ਬਹੁਤ ਸੋਹਣੇ ਰਾਹ, ਜੇ ਬੰਦਾ ਢੰਗ ਨਾ ਆਵੇ ਤਾਂ।
ਮਿੱਤਰੋ ਕਲਾਸਿਕ ਬੁਲਟ ਦੀ ਬੜੀ ਐਵਰੇਜ ਮੂੰਹ ਤੱਕ ਭਰਵਾਇਆ ਸੀਗਾ ਪਠਾਨਕੋਟ ਤੋਂ ਪਿੱਛੋਂ ਹੀ, ਅਤੇ ਖਾਸਾ ਸਪੀਡ ਵੀ ਨਹੀਂ ਭੱਜੀ ਉੱਦਾਂ, 20-30, 20-30, 40 ਇੰਨੇ ਕਿਤੇ ਭੱਜਿਆ ਦੌੜਿਆ ਆਉਂਦਾ, ਅਤੇ ਹਜੇ ਤੱਕ ਹਿੱਲੀ ਨਹੀਂ ਟੈਂਕੀ, ਲੱਗਦਾ 1000 ਜਿੰਨੇ ਆ ਜਾਣਾ ਵਾਪਸ। ਟਾਵਾਂ ਟਾਵਾਂ ਬਿਰਲਾ ਵਾਂਝਾ ਕਿਤੇ ਰਸ਼ ਮਿਲਦਾ, ਯਾਤਰਾ ਕਰਕੇ ਵਾਹਵਾ ਟ੍ਰੈਫਿਕ ਹੋਇਆ ਪਿਆ। ਸ਼ਹਿਰ ਚੰਬੇ ਦਾ ਠਾਠਾ ਮਾਰਦਾ ਮਾਹੌਲ, ਜਿਹੜਾ ਮੋਟਰਸਾਈਕਲ ਵੇਖ ਲਓ, ਜਿਹੜੀ ਗੱਡੀ ਵੇਖ ਲਓ, ਪੰਜਾਬ ਨੰਬਰ ਹੀ ਲੱਭਦੀ ਹੈ। ਮਣੀ ਦੇ ਦਰਸ਼ਨ ਕਰਨ ਪਹੁੰਚੇ ਆਪਣੇ ਪੰਜਾਬੀ ਵੀਰ ਭਰਾ ਸਾਰੇ, ਇੱਧਰ ਆਪਣੇ ਇਲਾਕੇ ਦੇ ਵੀਰਾਂ ਨੇ ਲੰਗਰ ਲਾਇਆ। ਕਿਹੜਾ ਪਿੰਡ ਬਾਬਾ? ਪੰਡੋਰੀ ਭਗਤ, ਪੰਡੋਰੀ ਭਗਤ, ਮਹੰਤਾ ਦੀ ਪੰਡੋਰੀ, ਉਹਨਾਂ ਨੇ ਲੰਗਰ ਲਾਇਆ ਜੀ। ਇਹ ਸ਼ਾਹ ਸਾਡਾ ਹਰ ਸਾਲ ਆਉਂਦਾ ਰਹਿੰਦੇ ਨੂੰ ਤਾਂ ਪਤਾ ਕਈ ਇਲਾਕਿਆਂ ਦਾ। ਸਮੁੰਦਰ ਤਲ ਤੋਂ 3280 ਫੁੱਟ ਉਚਾਈ ਦੇ ਉੱਤੇ ਆਣ ਕੇ ਇਹ ਸ਼ਹਿਰ ਵਸਦਾ ਚੰਬਾ। ਸ਼ਹਿਰ ਚੰਬੇ ਤੋਂ ਪੇਟ ਪੂਜਾ ਕਰਦਿਆਂ, ਲੰਗਰ ਪਾਣੀ ਛਕਦਿਆਂ ਗਾਂ ਪਰ ਮੋਹਰ ਵਾਸਤੇ ਰਵਾਨਾ ਹੋਏ। ਦੱਸਣ ਮੁਤਾਬਕ ਦੱਸਦੇ ਮਿੱਤਰ ਪਿਆਰੇ, ਕਹਿੰਦੇ ਇੰਨਾ ਖੜਕ ਰਸਤਾ ਪਿੱਛੇ ਨਹੀਂ ਹੈਗਾ ਜਿੰਨਾ ਆਹੀ 60-70 ਕਿਲੋਮੀਟਰ ਦਾ ਹੋਊਗਾ, 3-4 ਘੰਟੇ ਲੱਗਣਗੇ। ਬਾਕੀ ਦਾ ਮਾਹੌਲ ਜੁੜੇ ਤਾਂ ਤੁਸੀਂ ਦੇਖੀ ਚਲੋ। ਪੌੜੀਦਾਰ ਖੇਤੀ ਦੀ ਸੁੰਦਰਤਾ ਸਾਰੀ ਤੁਹਾਨੂੰ ਪਹਾੜੀ ਇਲਾਕੇ 'ਚ ਮਿਲਦੀ ਆ। ਉਸੇ ਪਹਾੜੀ ਇਲਾਕੇ ਸਵੇਰ ਦੇ ਘੁੰਮਦੇ ਹਾਂ, ਕਈ ਇਲਾਕਿਆਂ ਦੇ ਵਿੱਚ ਮੱਕੀ ਔਰ ਬਾਜਰਾ ਵੀ ਲੱਭਣਾ। ਹਾਂ, ਬਾਜਰਾ ਮੱਕੀ ਇਹੋ ਜਿਹੇ ਫਸਲਾਂ 'ਚ ਦਿਖੀਆਂ ਸਾਨੂੰ। ਮੂਹਰੇ ਦੀ ਦੇ ਪਹਾੜ, ਇਹਨਾਂ ਪਹਾੜਾਂ ਨੂੰ ਪਾਰ ਕਰਕੇ ਦੇਖਾਂਗੇ ਉਹਨਾਂ ਤੋਂ ਉੱਚੇ ਪਹਾੜ, ਉਹ ਉੱਚੇ ਪਹਾੜਾਂ ਤੋਂ ਗਾ ਉਹਨਾਂ ਤੋਂ ਉੱਚੇ ਪਹਾੜ, ਉਹਨਾਂ ਸਾਰਿਆਂ ਤੋਂ ਉੱਚਿਆਂ ਉੱਚਿਆਂ ਤੋਂ ਨਿਕਲਦੇ ਹਾਂ। ਪਰ ਮੋਹਰ ਪਹੁੰਚਾਂਗੇ ਕੁਝ 6-7 ਵਜੇ ਤੱਕ ਸ਼ਾਮ ਦੇ। ਆਪਣੇ ਮਗੇਰੀਆਂ ਦਾ ਲੰਗਰ ਵੀ ਲੱਗਾ ਮਿੱਤਰੋ ਇੱਧਰ। ਓ ਦੇ ਹੈਲੋ ਗਾਈਸ, ਹੋਣਾ ਪਿਆ ਜੀ। ਅਜੇ ਤੱਕ ਉਹਨਾਂ ਲੀੜਿਆਂ ਲੱਤਾਂ 'ਤੇ ਘੁੰਮੇ ਫਿਰਦੇ ਹਾਂ ਜਿਹੜੇ ਪੰਜਾਬੋਂ ਪਾ ਕੇ ਆਏ ਹਾਂ। ਇਹ ਕਿਹੜਾ ਟਾਈਮ ਆ? ਹੈਂ, ਅੱਛਾ ਵੀ ਚਮੀਰਾ ਆ, ਚਮੀਰਾ ਦਾ ਮੇਨ ਟਾਈਮ ਮਿੱਤਰੋ ਆਹ। ਬਣੀ ਖੇਤ ਦਰਿਆ ਰਾਵੀ ਦੇ ਨਾਲ ਨਾਲ ਅਸੀਂ ਸਫ਼ਰ ਕਰਦੇ ਹਾਂ, ਚੰਬਾ ਪਾਰ ਕਰਦੇ ਹਾਂ। ਹੁਣ ਪਤਾ ਨਹੀਂ ਕਿੱਥੇ ਪਹੁੰਚੇ ਹਾਂ, ਚਮੇਰਾ ਡੈਮ ਕਈ ਕਿਤੇ ਬੱਗਾ ਡੈਮ ਲਿਖਿਆ, ਕਿਤੇ ਚਮੇਰਾ ਡੈਮ ਲਿਖਿਆ, ਚਮੇਰਾ ਡੈਮ।
ਉੱਧਰ ਰੇਤੇ ਦੇ ਢੇਰ ਵਾਲੇ ਲੱਗੇ ਆ, ਆਪਣੇ ਪੰਜਾਬ 'ਚ ਇੱਧਰ ਰੇਤਾ ਮਿਲਦੀ ਨਹੀਂ ਕਿਤੇ। ਦਰਿਆ ਰਾਵੀ ਦੀ ਵੈਸੇ ਨੀਲੀ ਉੱਦਾਂ ਵੀ ਨਾ, ਉਹ ਕੀੜੀ ਵਾਲੇ ਪਾਸੇ ਆਉਂਦੀ ਹੈ। ਇੱਧਰ ਤਾਂ ਸੀਮਟ ਵਰਗਾ ਰੰਗ ਹੋਇਆ ਪਿਆ ਪਾਣੀ ਦਾ ਪੂਰਾ, ਰੇਤੇ ਦੇ ਨਾਲ ਪੂਰੀ ਭਿੱਜੀ ਫਿਰਦੀ ਹੈ। ਚੰਬੇ ਤੋਂ ਭਰਮੌਰ ਨੂੰ ਜਾਂਦਿਆਂ ਇੱਕ ਤਾਂ ਰਾਹ ਤੰਗ ਹੋ ਹੀ ਜਾਣੇ, ਦੂਜੇ ਨੰਬਰ 'ਤੇ ਸੰਗਤ ਦਾ ਰਸ਼ ਵਾਹਵਾ ਹੋ ਜਾਂਦਾ। ਹਾਲੇ ਕਾਫੀ ਪਿੱਛੇ ਆ, ਘੱਟੋ ਘੱਟ ਕਿੰਨਾ ਪਿੱਛੇ ਹੋਊਗਾ ਯਾਰ ਭਲਾ? ਹਾਂ 50-55 ਕਿਲੋਮੀਟਰ ਪਿੱਛੇ ਹਜੇ ਤੱਕ, ਅਤੇ ਇਹਨਾਂ ਗੱਡੀਆਂ ਦੀਆਂ ਲੈਣਾ ਘੱਟੋ ਘੱਟ 50-50, 100-150 ਮੀਟਰ ਦੀਆਂ ਐਂ ਲੱਗੀ ਜਾਂਦੀਆਂ। ਇੱਕ ਪਾਸੋਂ ਕੱਢੀ ਜਾਂਦੇ, ਦੂਜੇ ਪਾਸੋਂ ਰੋਕੀ ਜਾਂਦੇ। ਸਾਰਾ ਰਸਤਾ ਰਾਵੀ ਦਰਿਆ ਦੇ ਕੰਢੇ ਕੰਢੇ 'ਤੇ ਹੀ ਆ, ਜਿੰਨੇ ਲੰਗਰ ਲੱਗੇ ਆਉਂਦੀ ਜਾਂਦੀ ਸੰਗਤ ਵਾਸਤੇ ਉਹ ਵੀ ਸਾਰੇ ਦਰਿਆ ਦੇ ਕੰਢੇ ਦੇ ਉੱਤੇ ਲੱਗੇ ਆ। ਅਤੇ ਇੱਧਰਲੇ ਪਾਸੇ ਭਾਰਾ ਰਸ਼ ਹੋਇਆ ਪਿਆ। ਖਾਸਾ ਹੀ ਜਾਮ ਲੱਗਿਆ ਲੱਗਦਾ ਉਹ ਬੱਲੇ ਉਹ ਤੇਰੇ, ਬਾਕੀ ਮੋਟਰਸਾਈਕਲ ਕਾਮਯਾਬ। ਮੈਂ ਵੀ ਕਹਿ ਰਿਹਾ, ਮੈਂ ਕਿਹਾ ਗੱਡੀ ਚੱਲਦੇ ਯਾਰ। ਹੁਣ ਪਤਾ ਲੱਗਾ ਕਿ ਬੱਬੂ ਭਾਅ ਕਿਉਂ ਕਹਿੰਦਾ ਸੀ ਗੱਡੀ 'ਚ ਨਹੀਂ ਜਾਣਾ। ਸਫਾਰੀ ਨਹੀਂ, ਸੈਂਟਰ ਲੈ ਆਉਣੀ ਸੀਗੀ ਉਹ ਤਾਂ। 40 ਕਿਲੋਮੀਟਰ ਭਰਮੌਰ ਰਹਿ ਗਿਆ ਅਤੇ ਮੀਂਹ ਕਣੀ ਮਾੜੀ ਮਾੜੀ ਸ਼ੁਰੂ ਹੋ ਗਈ, ਮੂੰਹ ਸਿਰ ਕੱਜ ਲਿਆ ਬਰਸਾਤੀਆਂ ਦੇ ਨਾਲ। ਰਸ਼ ਇੱਧਰਲੇ ਪਾਸੇ ਬਾਹਲਾ ਹੋਇਆ ਪਿਆ, ਬਾਹਲਾ ਲੰਬਾ ਜਾਮ ਲੱਗਿਆ ਫਿਰ ਤਾਂ। ਭਰਮੌਰ ਸਿੱਧਲੇ ਪਾਸੇ ਦਰਿਆ ਰਾਵੀ ਦੇ ਨੇੜੇ ਲੰਗਰਾਂ ਦੇ ਕੋਲ ਦੁਬਾਰੇ ਰੁਕੇ। ਪਿੰਡ ਦਾ ਨਾਂ ਸੁਣ ਕੇ ਬਾਹਲੇ ਖੁਸ਼ ਹੋਵੋਗੇ ਮਿੱਤਰੋ, ਤੁਸੀਂ ਵੀ। ਪਿੰਡ ਦਾ ਨਾਮ ਦਨਾਲੀ। ਚੰਬੇ ਜ਼ਿਲ੍ਹੇ ਦੀਆਂ ਇਹ ਪਿੰਡਾਂ ਦੀਆਂ ਤਸਵੀਰਾਂ, ਬਹੁਤ ਸੋਹਣੀ ਗੱਲਬਾਤ। ਗਾਂਹ ਤੋਂ ਗਾਂਹ ਪੱਥਰਾਂ ਵਾਲੇ ਪਹਾੜ ਸ਼ੁਰੂ ਹੋ ਗਏ। ਮੂਹਰਲੇ ਪਾਸੇ ਸਾਰਾ ਹੀ ਲੈਂਡ ਸਲਾਈਡ ਵਾਲਾ ਏਰੀਆ, ਇੱਧਰਲੇ ਪਾਸੇ ਨੂੰ ਭਰਮੌਰ ਪੈਂਦਾ। ਆਹੀ ਪਹਾੜ ਪੁੜ ਕਰੋਸ ਕਰਦੇ ਹਾਂ, ਭਰਮੌਰ ਜਾ ਵਸਾਂਗੇ ਅੱਜ। ਇੱਥੇ ਤੀਜਾ ਕਦਾ ਸਾਡੇ ਕੋਲ ਖੜਾ ਮਿੱਤਰੋ। ਜਿੱਥੋਂ ਨਿਕਲੀ ਜਾਂਦੇ ਹਾਂ ਇੱਧਰਲੇ ਪਾਸੇ ਮੀਂਹ ਭਰੀ ਜਾਂਦਾ ਅਤੇ ਉੱਪਰਲੇ ਪਾਸੇ ਹੀ ਧੁੱਪ ਨਿਕਲੀ ਪਈ ਐਨ ਸਿਰੇ ਦੀ। ਸੋਹਣਾ ਇਲਾਕਾ, ਪਹਾੜੀ ਇਲਾਕੇ ਦੀ ਇਹੀ ਖੂਬਸੂਰਤੀ ਆ, ਕਿਤੇ ਬਦਲੀ, ਕਿਤੇ ਮੀਂਹ ਅਤੇ ਕਿਤੇ ਧੁੱਪ। ਐਂ ਨਿੱਕਾ ਨਿੱਕਾ ਸਫ਼ਰ ਪਾਰ ਕਰਦਿਆਂ ਸ਼ਾਮ ਤੱਕ ਰਾਤ ਤੱਕ ਭਰਮੌਰ ਪਹੁੰਚ ਜਾਂਗੇ। ਬਾਕੀ ਦੀਆਂ ਗੱਲਾਂ ਬਾਤਾਂ ਸੋਹਣੀਆਂ ਤਸਵੀਰਾਂ ਉੱਥੇ ਜਾ ਕੇ ਸਾਂਝੀਆਂ ਕਰਾਂਗੇ।
ਆ ਬਣੀ ਉਹ ਗੱਲ, ਇੱਕ ਬੱਸ ਦੀ ਥਾਂ ਤੇ ਤਿੰਨ ਤਿੰਨ ਬੱਸਾਂ ਵੀ ਚੜੀਆਂ। ਕਰ ਫੋਨ ਬਹੁ ਭਾਣ ਕਿੱਥੇ ਪਹੁੰਚਾ, ਮਗਰ ਤੇ ਲੱਭਣਗੇ ਤੇ ਗਾਂ ਹੀ ਹੋਣਾ ਨਾ। ਇੱਥੇ ਇੱਥੇ ਕੋਲ ਹੀ ਖੜਾ, ਚੰਗੇ ਭਲੇ ਜਾਮ ਚੋਂ ਨਿਕਲ ਜਾਣਾ ਸੀਗਾ। ਇਹਨਾਂ ਦੀਆਂ ਫੋਟੋਗ੍ਰਾਫੀਆਂ ਨੇ ਨਾ ਬੰਦੇ ਨੂੰ ਮਰਾ, ਐਸੇ ਦੋ ਚਵਲ ਟਕਰੇ ਫੋਟੋਗ੍ਰਾਫਰ ਵੀ ਦੇ ਚੱਕਰ ਤੇ ਹਾਂ ਇੱਕ ਆਹ ਇੱਕ ਆਹ, ਇਹਨਾਂ ਨੇ ਹੁਣ ਸਾਨੂੰ ਜਾਮ ਚ ਫਸਾਤਾ। ਕਿੱਥੇ ਅਸੀਂ ਅੱਜ ਨੂੰ ਪਰਮੌਰ ਪਹੁੰਚ ਜਾਣਾ ਸੀਗਾ। ਕਿੰਨਾ ਕੁ ਰਸ ਭਾਈ ਇਹ ਗਾੜੀ, ਬੜੇ ਬੁਰੇ ਹਾਲ, ਦੋਨੇ ਪਾਸੇ ਲੱਗੇ ਜਾਂ ਇੱਕ ਪਾਸੇ ਵੇਖ ਲਓ ਨਾ ਜੀ। ਇੱਥੇ ਮੋਟਰਸਾਈਕਲ ਦੋਵਾਂ ਘੰਟਿਆਂ ਬਾਅਦ ਮੱਠਾ ਜਿਹਾ ਜਾਮ ਖੁੱਲਿਆ ਤੇ ਡਰਾਈਵਰ ਭਰਾਵਾਂ ਦੇ ਮੂੰਹ ਤੇ ਲਾਲੀ ਆ ਗਈ ਮਾੜੀ ਜੀ। ਖਿੱਚਾਂ ਲਓ ਮਿੱਤਰੋ, ਦੋਈ ਘੰਟੀ ਖੁੱਲ ਗਿਆ ਮੱਠਾ ਜਿਹਾ ਜਾਮ। ਮੱਠਾ ਕੀ ਹੁਣ ਤੇ ਪੂਰੇ ਇੱਕ ਪਾਸਾ ਕੱਢਦਾ ਪੁਲਿਸ ਵਾਲਿਆਂ ਨੇ, ਠੀਕ ਆ ਜੀ ਨਹੀਂ ਕਰਦੇ। ਲੈ ਜੋਟਾ ਮੇਰਾ ਜੋਟਾ, ਲੈ ਕਿੱਥੋਂ ਨਿਕਲਿਆ ਮਾਮਾ, ਅੱਗੇ ਤੇ ਫਿਰ ਉਹਨੇ ਜਾਮ ਲੱਗਾ। ਚੱਲ 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 ਹੌਲੀ 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 ਹੌਲੀ, ਚੱਲ 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 ਹੌਲੀ ਹੌਲੀ, ਤਿਲਕਣ ਜੀ ਤੋਂ ਹੌਲੀ ਲਾ ਵੀ ਰਸ਼ ਸਮਾਪਤ। ਸ਼ੁਕਰ ਹੈ ਵਾਹਿਗੁਰੂ ਦਾ, ਸ਼ੁਕਰ ਸ਼ੁਕਰ ਸ਼ੁਕਰ। ਵੈਸੇ ਮਿੱਤਰੋ ਰਸ਼ ਹੈਗਾ ਵੀ ਮੋਟਰਸਾਈਕਲ ਵਾਲਿਆਂ ਦਾ ਹੀ ਆ, ਗੱਡੀ ਵਾਲੇ ਆਪੋ ਆਪਣੀ ਲਾਈਨਾਂ 'ਚ ਘੁੰਮਦੇ, ਇਹ ਮੋਟਰਸਾਈਕਲ ਵਾਲਿਆਂ ਜਿੱਧਰ ਚਿੱਤ ਰਾਜੀ ਕਰਦਾ ਉੱਧਰ ਨੂੰ ਮੋੜ ਲੈਂਦੇ ਆ। ਸਾਰਾ ਰਸ਼ ਵੀ ਵੈਸੇ ਸਾਡੇ ਕਰਕੇ ਹੀ ਆ ਇਹ ਮੋਟਰਸਾਈਕਲ ਵਾਲੇ। ਅਤੇ ਇੱਧਰ ਉੱਪਰ ਦਾ ਮਾਹੌਲ ਚੈੱਕ ਕਰੋ, ਖੱਬੇ ਦਾ ਮਾਹੌਲ ਨਾ ਦਿਖਾਈਏ ਤਾਂ ਵਧੀਆ। NH 54A ਦੇ ਉੱਤੇ ਟਰਨਲ ਬਣੀ ਹੋਈ ਮਿੱਤਰੋ, ਲੈ ਇੱਥੇ ਵੈਲਕਮ ਟੂ ਮਣੀ ਮਹੇਸ਼। ਆ ਰਸਤਾ ਜਾਂਦਾ ਹੈ, ਅੱਛਾ ਇਹਨੂੰ ਕਹਿੰਦੇ ਖੜਾ ਮੱਥਾ। ਖੜਾ ਮੁੱਖ ਪੁੱਜ ਗਏ ਮਿੱਤਰੋ,
ਬੰਦੇ ਆਪਣੇ ਹੋਰ ਗਾਹ ਰੈਡੀ ਤੇ ਇੱਧਰ ਇੱਕ ਚੀਜ਼ ਨੋਟ ਕੀਤੀ ਚਮੇਰਾ ਡੈਮ ਵਾਲਿਆਂ ਦੀ ਆਹ ਮਣੀ ਮਿਸ਼ਟ ਆਉਂਦਾ ਜਲ ਜਾਂਦਾ ਨੀ ਆਉਂਦਾ ਆਉਂਦਾ ਤੇ ਇੱਧਰੋਂ ਪਤਾ ਨੀ ਕਿਹੜੇ ਪਾਸਿਓ ਡਿਫਰੈਂਸ ਬੜਾ ਉਹ ਪਾਣੀ ਹੋਰ ਆ ਇੱਧਰ ਹੋਰ ਗਾਂ ਦੀਆਂ ਸਵਾਰੀਆਂ ਗਾਂ ਨੂੰ ਰੈਡੀ ਚੱਲ ਡਰਾਈਵਰਾ ਛੇਤੀ ਮਿਲਦੇ ਹਾਂ ਜੀ ਭਰਮੌਰ ਜਾ ਕੇ ਸਤਿ ਸ਼੍ਰੀ ਅਕਾਲ ਉਦੋਂ ਤੱਕ ਲਈ ਭਾਪੇ ਹੁਣ ਨੇ ਮੇਰਾ ਤੋਲੀਆਂ ਐਨ ਮਾਲ ਦੇਣਾ ਲੱਗਦਾ ਸ਼ਾਮ ਤੱਕ ਉਹ ਥੱਲੇ ਆ ਜਾਓ ਰਾਤ ਦੀ ਸਟੇਜ ਇੱਥੇ ਕਰਨੀ ਭਰਮੌਰ 14 ਕਿਲੋਮੀਟਰ ਰਹਿ ਗਿਆ ਖੜਾ ਮੁੱਖ ਤੋਂ ਇੱਧਰਲੇ ਪਾਸੇ ਝੀਲਾਂ ਦਾ ਵਿਊ ਬਾਹਲਾ ਸੋਹਣਾ ਜਿਹਾ ਲੱਗਣ ਡਿਆ ਐਲਟੀਟਿਊਡ ਆਣ ਕੇ ਇੱਥੇ ਥੋੜ੍ਹਾ ਜਿਹਾ ਵੱਧ ਜਾਂਦਾ ਅਤੇ ਠੰਡ ਜਿਹੀ ਹੋਣ ਲੱਗ ਪਈ ਆ ਘਰ ਚੈੱਕ ਗੱਲਬਾਤ ਸਿਰੇ ਲੱਗੇ ਪਈ ਯਾਰ ਅਜੇ ਤਾਂ ਪ੍ਰਥਮ ਕੈਲਾਸ਼ ਦੇ ਦਰਸ਼ਨ ਇਹ ਜਗ੍ਹਾ ਤੋਂ ਹੁੰਦੇ ਮਿੱਤਰੋ ਇਸ ਥਾਂ 'ਤੇ ਤਾਂਹੀਆਂ ਸਾਰੇ ਰੁਕੇ ਆ ਇੱਥੇ ਪਹਿਲਾਂ ਦਰਸ਼ਨ ਤਿਆਰੀ ਕਰਨਗੇ ਗਾਂ ਫਿਰ ਜਾਣਗੇ ਬਾਕੀ ਦੀ ਗੱਲਬਾਤ ਜ਼ਿਆਦੀ ਇਹ ਬੰਦੇ ਨੂੰ ਪਤਾ ਹੁੰਦੀ ਇਹਨੂੰ ਪੁੱਛ ਲੈਂਦੇ ਹਾਂ ਕਿਉਂ ਭਲਾ ਖੜੇ ਇੱਥੇ ਉੱਚੀ ਇੱਥੋਂ ਲੱਭਦਾ ਹਾਂ ਤਦੇ ਬੋਰਡ ਲੱਗਾ ਇੱਥੇ ਪ੍ਰਥਮ ਕੈਲਾਸ਼ ਦਰਸ਼ਨ ਕਿਵੇਂ ਕਿਵੇਂ ਇਹਨਾਂ ਦਰਸ਼ਨਾਂ ਨੂੰ ਦੁਨੀਆਂ ਤਰਸਦੀ ਇਹ ਪ੍ਰਥਮ ਕੈਲਾਸ਼ ਦਰਸ਼ਨ ਜਦੋਂ ਖੜੇ ਮੁੱਖ ਤੋਂ ਥੋੜ੍ਹਾ ਜਿਹਾ ਗਾਂਹ ਨੂੰ ਆਈਏ ਤਾਂ ਸਭ ਤੋਂ ਪਹਿਲਾਂ ਇਸ ਥਾਂ ਤੋਂ ਹੋ ਜਾਂਦੇ ਜਿਹੜਾ ਕੋਈ ਬਜ਼ੁਰਗ ਜਾਂ ਕੋਈ ਨਹੀਂ ਉੱਪਰ ਜਾ ਸਕਦਾ ਦਰਸ਼ਨ ਕਰਨ ਲਈ ਇਸ ਥਾਂ ਤੋਂ ਦਰਸ਼ਨ ਕਰ ਲੈਂਦਾ ਜਦੋਂ ਕਿਤੇ ਮੌਸਮ ਸਾਫ਼ ਹੋਵੇ ਤਾਂ ਵਧੀਆ ਦਰਸ਼ਨ ਹੋ ਜਾਂਦੇ ਆ ਸਾਨੂੰ ਹਾਂਜੀ ਹਾਂਜੀ ਇਹੀ ਹੈ ਜੀ ਯਾਦਗਾਰੀ ਲਈ ਫੋਟੋਆਂ ਨਹੀਂ ਜਾਣਦੀਆਂ ਅਤੇ ਸਾਡੇ ਆਹ ਵਾਲੇ ਅੰਕਲ ਜੀ ਉੱਪਰ ਸ਼ਾਇਦ ਨਹੀਂ ਜਾਣਗੇ ਇਹਨਾਂ ਨੇ ਤਾਂ ਇੱਥੋਂ ਹੀ ਦਰਸ਼ਨ ਕੀਤੇ ਜਿਸ ਥਾਂ ਤੋਂ ਸਭ ਤੋਂ ਪਹਿਲਾਂ ਕੈਲਾਸ਼ ਦੇ ਦਰਸ਼ਨ ਹੁੰਦੇ ਉਸੇ ਥਾਂ 'ਤੇ ਬਹੁਤ ਸੋਹਣਾ ਇੱਕ ਮੋਟਲ ਬਣਿਆ ਪਿਆ ਇੱਧਰਲੇ ਪਾਸੇ ਤਲਾਬ ਜਿੱਥੇ ਇਸ਼ਨਾਨ ਕਰੀਦੇ ਜਾ ਕੇ ਅਤੇ ਇੱਧਰ ਦੂਏ ਪਾਸੇ ਕੈਲਾਸ਼ ਪਰਬਤ ਸੋਹਣਾ ਮੋਡਲ ਜਿਹਾ ਤਿਆਰ ਕੀਤਾ ਪਿਆ ਇੱਧਰਲੇ ਪਾਸੇ ਦੇਖਣ ਰੱਖਣ ਤਾਂ ਲਿਖਣ ਨਹੀਂ ਦੇਣਾ ਜ਼ਿਆਦਾ ਸ਼ਹਿਰ ਭਰਮੌਰ ਦੀ ਦੂਰੀ 4-5 ਕਿਲੋਮੀਟਰ ਦੀ ਰਹਿ ਗਈ ਮਿੱਤਰੋ ਅਤੇ 4-5 ਕਿਲੋਮੀਟਰ ਐਨ ਵੱਟ ਕਢਾਉਣ ਡਿਆ ਪੂਰੇ ਫੜ ਕੇ ਰਸ਼ ਵੀ ਵਾਲਾ ਰਾਹ ਵੀ ਨਿੱਕੇ ਸ਼ਹਿਰ ਭਰਮੌਰ 'ਚ ਦਾਖਲੇ ਨਿੱਕੀਆਂ ਨਿੱਕੀਆਂ ਲਾਈਟਾਂ ਬਲਬ ਦਿਖੀ ਜਾਂਦੇ ਲਾਟੂ ਘਰਾਂ 'ਚ ਚੱਲਦੇ ਇਹ ਸ਼ਹਿਰ ਦੀ ਸੁੰਦਰਤਾ ਸਭ ਤੋਂ ਪਹਿਲੀ ਝਾਤ ਇਹ ਵੱਜੀ ਆ ਸਭ ਤੋਂ ਮੂਹਰਲੇ ਪਾਸੇ ਲੱਗਦਾ ਅਸੀਂ ਤੁਰੇ ਹਾਂ ਨਾ ਬਾਕੀ ਸਾਰੇ ਮਗਰ ਹੀ ਆ 2120 ਮੀਟਰ ਦੀ ਉਚਾਈ ਆ ਇਸ ਸ਼ਹਿਰ ਭਰਮੌਰ ਦੀ ਭਰਮੌਰ ਤੋਂ ਗਾਂ ਰਹਿ ਜਾਂਦਾ ਹਟਸਰ ਜਿੱਥੋਂ ਯਾਤਰਾ ਸ਼ੁਰੂ ਹੋਊਗੀ 16 ਕਿਲੋਮੀਟਰ ਅਤੇ ਅੱਜ ਰਾਤ ਦੀ ਸਟੇਅ ਹੋਊਗੀ ਮਿੱਤਰੋ ਇੱਥੇ ਹੀ
ਕਾਫੀ ਜਿੰਨੀ ਵੀ ਸੰਗਤ ਆਉਂਦੀ ਇਸ ਥਾਂ ਤੇ ਰਾਤ ਰੋਕਦੀ। ਤੇ ਕਿਹੜੇ ਮਾਤਾ ਹੈਗੇ ਯਾਰ? ਬ੍ਰਹਮਾਣੀ ਮਾਤਾ। ਬ੍ਰਹਮਾਣੀ ਬ੍ਰਹਮਾਣੀ ਮਾਤਾ ਦੇ ਦਰਸ਼ਨ ਕਰਕੇ ਫਿਰ ਗਾਂ ਨੂੰ ਨਿਕਲਣਾ ਹਟਸਰ, ਹਟਸਰ ਤੋਂ ਗਾਂ ਫਿਰ ਕੈਲਾਸ਼ ਦੀ ਯਾਤਰਾ ਸ਼ੁਰੂ ਹੁੰਦੀ। ਉਹ ਗੱਲਾਂ ਬਾਤਾਂ ਅਗਲੀ ਵੀਡੀਓ ਰਾਹੀਂ ਕਰਾਂਗੇ। ਬਾਕੀ ਇੱਥੇ ਹੁਣ ਇੱਕ ਹੋਰ ਮੰਦਰ ਦੇ ਦਰਸ਼ਨ ਦੀਦਾਰੇ ਕਰਨੇ, ਸੰਗਤ ਸਾਡੀ ਬਾਹਲੀ ਪਿੱਛੇ ਰਹਿ ਗਈ ਆ, ਉਹਨਾਂ ਦੀ ਆਉਣ 'ਤੇ ਫਿਰ ਕਰਾਂਗੇ। ਮੂੰਹ ਸਿਰ ਮੂੰਹ ਸਾਰਾ ਐਨ ਲੱਥ ਪੱਥ ਹੋਇਆ ਪਿਆ ਘੱਟਿਆਂ ਘੁੱਟਿਆਂ ਨਾਲ। ਮਿਹਰਬਾਨੀ ਜੀ, ਧੰਨਵਾਦ। ਬੜਾ ਰਸ਼ ਸੀ ਗੁਰੂ ਦਾ, ਬੜਾ ਰਸ਼। ਲੰਗਰ ਛਕਣ ਬਾਅਦ ਬਾਹਲੀ ਹੀ ਲੰਬੀ ਲਾਈਨ ਲੱਗੀ ਹੈ। ਆਪਣੇ ਚੋਪਰਾਂ ਨੂੰ ਡੀਕਦੇ ਪਏ ਇੱਥੇ ਖੜ ਕੇ, ਅਤੇ ਚੋਪਰ ਹੁਣੀ ਗਾਂਹ ਨਿਕਲ ਗਿਆ। ਵੀਰ ਜੇ ਸਾਡੀ ਗੱਡੀ ਸਲਿੱਪ ਕਰ ਗਈ ਨਾ, ਇਹ ਤਾਂ ਨਹੀਂ ਫੜਾਉਣੀ ਲਾਗੇ ਛਾਗੇ। ਲਓ ਚੜ੍ਹ ਗਏ ਅੰਕਲ ਜੀ, ਲੈ ਚੜ੍ਹਦੀ ਕਲਾ। ਸਾਹ ਲੈ ਲੈਂਦੋ, ਕੋਈ ਨਹੀਂ। ਸ਼ਹਿਰ ਹੈ ਵੀਰ? ਹਾਂਜੀ। ਕੀ ਕਹਿਣਾ, ਕੀ ਕਹਿਣਾ ਤੂੰ, ਕਹਿਣ ਲੱਗਾ ਕੁਛ? ਅੱਛਾ, ਸ਼ਹਿਰ ਭਰਮੌਰ ਦੀਆਂ ਨਿੱਕੀਆਂ ਮੋਟੀਆਂ ਗਲੀਆਂ, ਇਹ ਉੱਚੇ ਨੀਵੇਂ ਖੇਤ, ਉੱਚੇ ਨੀਵੇਂ ਘਰ, ਸੋਹਣੀ ਆਬਾਦੀ। ਅਤੇ ਆਪਣੇ ਬਲਕਾਰੇ ਮਿਸਤਰੀ ਨੇ ਕਮਰਿਆਂ ਦਾ ਬੰਦੋਬਸਤ ਪਹਿਲਾਂ ਹੀ ਕੀਤਾ ਸੀਗਾ ਹਰ ਸਾਲ ਇਹਨਾਂ ਵੀਰਾਂ ਕੋਲ। ਕਿਵੇਂ ਦਾ ਨਾਮ ਕੀ ਭਰਾ? ਅਤੁਲ। ਅਤੁਲ, ਅਤੁਲ ਭਰਾ ਬੰਦੇ ਛੱਡਣੇ ਘਰ ਆਉਂਦੇ ਸਹੀ? ਮੂੰਹ ਬਿਲਕੁਲ ਸਹੀ ਆ ਰਿਹਾ, ਠੀਕ ਆ। ਜੂਨ ਜਾ ਹੋਣਾ ਵਾਰੀ ਬਹੁਤਾ। ਅੱਜ ਦੀ ਰਾਤ ਮਿੱਤਰੋ ਭਰਮੌਰ ਰਵਾਂਗੇ, ਸਵੇਰੇ ਸਵੇਰ ਸਾਰ ਆਪਾਂ ਅਗਲੇ ਯਾਤਰਾ ਸ਼ੁਰੂ ਕਰਾਂਗੇ ਮੰਦਰਾਂ 'ਚ ਮੱਥਾ ਟੇਕ ਕੇ। ਜੋ ਵੀ ਅਗਲਾ ਪ੍ਰੋਸੀਜਰ ਹੋਊਗਾ ਪਹਾੜੂ ਜ਼ਿਆਦਾ ਪਤਾ। ਅੱਜ ਦੀ ਰਾਤ ਰੁਕਿਆ ਭਰਮੌਰ, ਭਰਮੌਰ 'ਚ ਆ ਗੈਸਟ ਹਾਊਸ ਆ, ਵੀਰ ਦਾ ਘਰ ਹੀ ਆ। ਚਲੋ ਇੱਕ ਤਰ੍ਹਾਂ ਦਾ ਉਹਨਾਂ ਨੇ ਅੱਜ ਦੇ ਦਿਨਾਂ ਦੇ ਉੱਤੇ ਰਹਿਣ ਸਹਿਣ ਨੂੰ ਕਰ ਦਿੰਦੇ ਪ੍ਰੋਗਰਾਮ ਵਧੀਆ। ਜਦੋਂ ਭਰਮੌਰ ਤੋਂ ਆਪਾਂ ਹਟਸਰ ਰੋਡ 'ਤੇ ਜਾਈਏ ਤਾਂ ਜਿਹੜਾ ਬੱਸ ਸਟੈਂਡ ਆਉਂਦਾ ਉਹਦੇ ਨੇੜੇ ਤੇੜੇ ਆ ਗੈਸਟ ਹਾਊਸ ਪੈਂਦਾ, ਅਤੇ ਨੰਬਰ ਥੱਲੇ ਸ਼ੋਅ ਹੋ ਰਿਹਾ ਹੋਊਗਾ ਜਦੋਂ phone sent a notification that I can't read. ਜਦੋਂ ਕਦੇ ਇਧਰਲੇ ਪਾਸੇ ਨੂੰ ਆਏ ਤਾਂ ਆਪਾਂ ਨੰਬਰ ਦੀ ਘੰਟੀ ਮਾਰ ਕੇ ਵੀਰ ਨਾਲ ਗੱਲ ਕਰ ਲਿਓ। ਤੇ ਬਹੁਤ ਬਹੁਤ ਧੰਨਵਾਦ ਅੱਜ ਦੀ ਵੀਡੀਓ ਵੇਖਣ ਲਈ। ਬਾਕੀ ਦੀਆਂ ਗੱਲਾਂ ਪਤਾ ਅਗਲੀ ਵੀਡੀਓ ਦੇ ਵਿੱਚ। ਕੱਲ ਸ਼ੁਰੂ ਕਰਾਂਗੇ ਕੈਲਾਸ਼ ਦੀ ਯਾਤਰਾ, ਕੈਲਾਸ਼ ਤੋਂ ਬਾਅਦ ਜੋ ਵੀ ਹਿਸਾਬ ਕਿਤਾਬ ਹੋਊਗਾ ਲੜੀਵਾਰ ਵੀਡੀਓ ਆਉਂਦੀਆਂ ਰਹਿਣਗੀਆਂ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।